भारतीय जनता पार्टी जिला गुरदासपुर तो जनरल सकत्र है और उन्होंने छड़ के अज मैं मानसर टोल प्लाजा से जो किसान संयुक्त मोर्चा चल रहा है वो हिमायत है। और जो अंदोलन पिछले 6 महीने तो चल रहा है उस अंदोलन की मैं अपने वालों और अपने साथियों वालों ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਉੱਥੇ ਹੀ ਕਿਸਾਨ ਆਗੂਆਂ ਵੱਲੋਂ ਕੇਂਦਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਵੀ ਪੂਰੇ ਜ਼ੋਰਾਂ ਤੇ ਹੈ ਤੇ ਅਸੀਂ ਦਿੱਲੀ ਵੀ ਜਿੱਤ ਹਾਸਲ ਕਰਕੇ ਹੀ ਰਹਾਂਗੇ। ਇਸ ਤੋਂ ਇਲਾਵਾ ਕਿਸਾਨਾਂ ਦੇ ਕੋਲ ਬੀਜੇਪੀ ਦੇ ਦੀਨਾ ਨਗਰ ਤੋਂ ਐਸਸੀ ਪ੍ਰਧਾਨ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਕਿਸਾਨਾਂ ਕਰਕੇ ਆਪਣੀ ਪਾਰਟੀ ਛੱਡ ਦਿੱਤੀ ਸੀ। ਮੈਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਤੋਂ ਜਨਰਲ ਸਕੱਤਰ ਹਾਂ ਔਰ ਉਹਨਾਂ ਨੂੰ ਛੱਡ ਕੇ ਅੱਜ ਮੈਂ ਮਾਨਸਰ ਟੋਲ ਪਲਾਜ਼ਾ 'ਤੇ ਜੋ ਕਿਸਾਨ ਸੰਯੁਕਤ ਮੋਰਚਾ ਚੱਲ ਰਿਹਾ ਉਹਦੀ ਹਿਮਾਇਤ ਹੈ। ਔਰ ਜੋ ਅੰਦੋਲਨ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਉਸ ਅੰਦੋਲਨ ਦੀ ਮੈਂ ਆਪਣੇ ਵੱਲੋਂ ਔਰ ਆਪਣੇ ਸਾਥੀਆਂ ਵੱਲੋਂ ਪੂਰਨ ਹਿਮਾਇਤ ਕਰਦਾ। ਤੇਗ ਬਹਾਦਰ ਜੀ ਸਾਨੂੰ ਇਹ ਅੱਜ ਲੱਖ ਲੱਖ ਸਾਰੀ ਸੰਗਤ ਨੂੰ ਵਧਾਈ ਇਸ ਗੱਲ ਦੀ ਅਤੇ ਬੜੀ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਸਾਨੂੰ ਇੰਨਾ ਮੌਕਾ ਮਿਲਿਆ ਵੀ ਇਹੋ ਜਿਹੇ ਜ਼ੁਲਮ ਦੇ ਵਿੱਚ ਹੁੰਦਿਆਂ ਹੋਇਆ ਵੀ ਸਾਨੂੰ ਵਾਹਿਗੁਰੂ ਨੇ ਹਿੰਮਤ ਦਿੱਤੀ ਆ ਕਿ ਅਸੀਂ ਉਸ ਹਿੰਮਤ ਦੇ ਨਾਲ ਇੱਥੇ ਵਾਹਿਗੁਰੂ ਦੀ ਕਿਰਪਾ ਨਾਲ ਸੁੰਦਰ ਪਾਠ ਹੋ ਕੇ ਅਤੇ ਮੋਰਚੇ ਦੇ ਵਿੱਚ ਬਹਿ ਕੇ ਅਤੇ ਬਹੁਤ ਆਨੰਦ ਮਾਣਿਆ ਅਤੇ ਗੁਰੂ ਮਹਾਰਾਜ ਸਾਰੀ ਸੰਗਤ ਨੂੰ ਪੂਰੀ ਪਬਲਿਕ ਨੂੰ ਜਿੰਨੀ ਸਾਡੇ ਮਾਨਸਿਕ ਜਾਤੀ ਹੈ ਸਾਰਿਆਂ ਨੂੰ ਵਧਾਈ ਦੇਵਾਂਗੇ। ਗੁਰੂ ਤੇਗ ਬਹਾਦਰ ਦੇ ਜਨਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹੀ ਦਾ ਪ੍ਰਕਾਸ਼ ਉਤਸਵ ਹੈ ਜੋ 400 ਸਾਲਾਂ ਮਨਾਇਆ ਜਾ ਉਹਦੇ ਸੰਬੰਧ ਵਿੱਚ ਮੈਨੂੰ ਆਨੰਦ ਹੋਇਆ। ਅੱਜ ਦਾ ਦਿਨ ਮੇਰੀ ਜ਼ਿੰਦਗੀ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿ ਮੈਂ ਵੀ ਇਸ ਦਿਨ 'ਤੇ ਇਸ ਸੰਘਰਸ਼ ਦਾ ਹਿੱਸਾ ਬਣਾਂ। ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ, ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਹੋਣ ਦਾ ਖਿਤਾਬ ਜਿਹੜਾ ਲੋਕਾਂ ਨੇ ਉਸ ਵੇਲੇ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਗੁਰੂ ਸਾਹਿਬ ਨੇ ਇਹਨਾਂ ਦੀ ਇੱਜ਼ਤ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਪਰਦਾ ਪਾਇਆ ਉਹਨਾਂ ਨੂੰ ਇਹ ਸੁਜਾਗ ਕਰਨਾ ਚਾਹੁੰਦੇ ਆ ਵੀ ਇਸ ਗੱਲ ਦੀ ਜਿਹੜੀ ਕਦਰ ਹੈ ਤੁਹਾਨੂੰ ਕਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ ਕਿ ਗੁਰੂ ਸਾਹਿਬ ਦੇ ਕੋਲ ਹਜ਼ਾਰਾਂ ਚਾਦਰਾਂ ਹੁੰਦੀਆਂ ਅਤੇ ਗੁਰੂ ਸਾਹਿਬ ਕਿਸ ਤਰੀਕੇ ਦੇ ਨਾਲ ਉਸ ਵੇਲੇ ਇੱਕ ਚਾਦਰ ਜਿਹੜੀ ਹੈ ਉਹਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਇੱਜ਼ਤ ਆਬਰੂ ਉਹਨਾਂ ਨੂੰ ਦੇਖਦੇ ਆ ਇਸ ਗੱਲ ਕਰਕੇ ਉਹਦਾ ਅਹਿਸਾਨ ਜਿਹੜਾ ਉਹ ਤੁਹਾਡੇ ਸਿਰਾਂ ਤੋਂ ਲੈਣਾ ਨਹੀਂ। ਸੋ ਜਿਹੜੇ ਦਿੱਲੀ ਦੇ ਵਿੱਚ ਲੋਕ ਆਪਣੇ ਹੱਕਾਂ ਦੀ ਰਾਖੀ ਦੇ ਲਈ ਉੱਥੇ ਬੈਠੇ ਹੈ, ਜਿਹੜੀ ਕਿਸਾਨਾਂ ਦੇ ਨਾਲ ਮਾਨਵਤਾ ਦੀ ਰਾਖੀ ਜਿਹੜੀ ਪੈ ਗਈ ਹੈ ਇਹ ਗੱਲ ਨੂੰ ਸਮਝਦੇ ਹੋਏ ਸਰਕਾਰਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਹਿੰਦ ਦੀ ਚਾਦਰ ਹੈ। ਮੈਂ ਇੰਡੀਆ ਤੋਂ ਬੇਨਤੀ ਕਰਦਾ ਸਾਰੇ ਅੱਜ ਚਾਹੁੰਦਾ ਕਿ ਗੁਰੂ ਸਾਹਿਬ ਦੀਆਂ ਇਹਨਾਂ ਜਿਹੜੇ ਰਾਹਾਂ ਦੇ ਉੱਤੇ ਜਿਹੜੇ ਗੁਰੂ ਸਾਹਿਬ ਨੇ ਉਪਦੇਸ਼ ਦਿੱਤੇ ਹੈ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਇਹ ਦੇ ਨਾਲ ਜੋੜ ਕੇ ਸਾਰੀਆਂ ਜਿਹੜੀਆਂ ਚੀਜ਼ਾਂ ਉਹਨੂੰ ਸਮਝਣਾ ਚਾਹੀਦਾ ਕਿ ਕਿਸ ਤਰ੍ਹਾਂ ਜਿਹੜਾ ਹਿੰਦੁਸਤਾਨ ਹੈ ਜਿਹੜਾ ਉਹਦਾ ਧਰਮ ਜਿਹੜਾ ਗੁਰੂ ਸਾਹਿਬ ਨੇ ਕਿਸ ਤਰੀਕੇ ਦੇ ਨਾਲ ਬਚਾਇਆ। ਧੰਨਵਾਦ। ਹਾਂਜੀ ਅੱਜ ਇੱਕ ਲੇਬਰ ਡੇ ਵੀ ਇੱਥੇ ਮਨਾਇਆ ਗਿਆ ਉਹਦੇ ਬਾਰੇ ਵੀ। ਲੇਬਰ ਡੇ ਵੀ ਅੱਜ ਇਸ ਇੱਥੇ ਮਨਾਇਆ ਗਿਆ ਕਿਉਂਕਿ ਪੁਰਾਣੇ ਟਾਈਮ ਤੋਂ ਲੈ ਕੇ ਪਹਿਲੇ ਜਿਹੜੇ ਮਜ਼ਦੂਰ ਹੈ ਉਹ ਬੰਧੂਆ ਰੂਪ ਦੇ ਵਿੱਚ ਰਾਜ ਘਰਾਣਿਆਂ ਦੇ ਵਿੱਚ ਕੰਮ ਕਰਦੇ ਸੀ ਅਤੇ ਪੂੰਜੀਪਤੀ ਲੋਕਾਂ ਨੇ ਉਹਨਾਂ ਤੋਂ ਇਹਨਾਂ ਦੀ ਪੱਲਾ ਛਡਾ ਕੇ ਹੁਣ ਇਹਨਾਂ ਨੂੰ ਹੌਲੀ ਹੌਲੀ ਪਹਿਲਾਂ 8 ਘੰਟੇ ਦੀ ਮਜ਼ਦੂਰੀ ਦੇ ਕੇ ਹੁਣ ਫਿਰ 16 ਘੰਟੇ ਵੱਲ ਲਿਆਂਦਾ ਜਾ ਰਿਹਾ। ਉਹੀ ਜਿਹੜੀਆਂ ਅਜ਼ਾਰੇਦਾਰੀਆਂ ਜਾਂ ਜਿਹੜੇ ਪਹਿਲਾਂ ਰਾਜ ਘਰਾਣਿਆਂ ਦੇ ਵਿੱਚ ਕੰਮ ਕਰਦੇ ਆ ਉਸ ਤੋਂ ਵੀ ਜ਼ਿਆਦਾ ਭੈੜੇ ਤਰੀਕੇ ਦਾ ਤਸੱਦਰ ਜਿਹੜਾ ਉਹ ਮਜ਼ਦੂਰਾਂ ਦੇ ਉੱਤੇ ਕੀਤਾ ਜਾਣਾ ਇਹਨਾਂ ਦੇ ਵੱਲੋਂ ਰਾਜ ਘਰਾਣਿਆਂ ਦੇ ਵੱਲੋਂ ਕਿਉਂਕਿ ਜਿਹੜੇ ਪੂੰਜੀਪਤੀ ਆ ਰਹੇ ਆ ਉਹ 16 ਘੰਟੇ ਘੱਟੋ ਘੱਟ ਲੇਬਰ ਜਿਹੜੀ ਆ ਮਜ਼ਦੂਰਾਂ ਦੇ ਕੋਲੋਂ ਲੈਣਗੇ। ਇਸ ਗੱਲ ਕਰਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਮਜ਼ਦੂਰ ਦਿਹਾੜੇ ਇਸ ਗੱਲ ਕਰਕੇ ਮਨਾ ਰਹੀਆਂ ਨੇ ਕਿ ਸਾਰੇ ਸੰਸਾਰ ਦੇ ਮਜ਼ਦੂਰ ਜਿਹੜੇ ਆ ਉਹਨਾਂ ਨੂੰ ਇਸ ਕੰਮ ਦੇ ਸਿਲਸਿਲੇ ਦੇ ਵਿੱਚ ਜਿਹੜਾ ਉਹ ਸਜਾਗ ਕੀਤਾ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਾਜ ਘਰਾਣਿਆਂ ਤੋਂ ਵੀ ਹਟ ਕੇ ਤੁਹਾਡੇ ਦੇ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਤਸੱਦਦ ਕੀਤਾ ਜਾਵੇ। ਸਭ ਤੋਂ ਪਹਿਲਾਂ ਮੈਂ ਗੁਰੂ ਤੇਗ ਬਹਾਦਰ ਦੇ 400 ਸਾਲਾਂ 'ਤੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਅਤੇ ਲੇਬਰ ਡੇ ਦਾ ਵੀ ਜਿਹੜਾ ਅੱਜ ਦਾ ਦਿਨ ਮਨਾਇਆ ਜਾ ਰਿਹਾ ਉਹ ਸਾਰਿਆਂ ਨੂੰ ਵਧਾਈ ਔਰ ਅੱਜ ਕਿਸਾਨੀ ਵਾਸਤੇ ਜਿਹੜਾ ਇਹ 500 ਤੋਂ ਅੱਗੇ ਦੇ ਜਿਹੜਾ ਸੰਘਰਸ਼ ਚੱਲ ਰਿਹਾ ਉਸ ਦਿਨ ਤੋਂ ਉੱਪਰ ਦਿਨ ਹੋ ਚੁੱਕੇ ਨੇ ਉਹਦੇ ਸੰਬੰਧ ਵਿੱਚ ਇੱਥੇ ਕਿਸਾਨ ਇਕੱਠੇ ਹੋ ਸਕਿਆ ਜਿਹੜਾ ਇਹ ਤੇਗ ਬਹਾਦਰ ਜੀ ਦਾ ਜਿਹੜਾ ਪ੍ਰਕਾਸ਼ ਮਨਾਇਆ ਜਾ ਰਿਹਾ ਸ਼ਾਮ ਨੂੰ ਆਏ ਆ ਕਿਉਂਕਿ ਕਿਸਾਨ ਜਿਹੜੇ ਆ ਉਹ ਆਪਣਾ ਸੰਘਰਸ਼ ਕਰ ਰਹੇ ਆ
और अपने हक लैन वास्ते जो इतने इकट्ठे होंगे इतने विचारा करते हैं और हूँ विचार हुई है कि आप इतों चार तरीक क्योंकि दिल्ली साड़ी जी संगत कही हुई है उत्थे राशन भी मिल रहा चार तरीक इतों जब आप कणक के जोड़े वो नाल लैके इतों चलेगा और उत्थे काफला दस दिए कि किसानी संघर्ष भी आए दिन तिखा होंदा जा रहा पर केंद्र सरकार दे कन्नी जू नहीं सरक रही देखना होगा कि आखिर कदों तक केंद्र सरकार अपना रवैया बदलती है ते कदों तक देश दा अन्नदाता सड़कां दी बजाए अपने घरां दे विच जांदा है। हुशियारपुर तों अमरीक कुमार दी रिपोर्ट D5 चैनल पंजाबी। हुणे सबसक्राइब करो, बैल आइकन ते क्लिक करो।